ਸਕਾਟਲੈਂਡ ਦੇ ਗਲਾਸਗੋ ਵਿੱਚ ਇੱਕ ਗੁਰਦੁਆਰੇ 'ਚ ਪ੍ਰਦਰਸ਼ਨਕਾਰੀਆਂ ਵੱਲੋਂ ਭਾਰਤ ਦੇ ਇੱਕ ਸੀਨੀਅਰ ਡਿਪਲੋਮੈਟ ਨਾਲ ਭਿੜਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸੰਬੰਧੀ ਭਾਰਤ ਨੇ ਯੂਕੇ ਵਿੱਚ ਵਿਦੇਸ਼ ਦਫ਼ਤਰ ਨੂੰ ਸ਼ਿਕਾਇਤ ਵੀ ਦਰਜ ਕਰਵਾਈ ਹੈ। ਭਾਰਤੀ ਹਾਈ ਕਮਿਸ਼ਨ ਨੇ ਕਿਹਾ ਹੈ ਕਿ ਵਿਕਰਮ ਦੋਰਾਇਸਵਾਮੀ ਨੂੰ ਭਾਈਚਾਰੇ ਅਤੇ ਕੌਂਸਲਰ ਮੁੱਦਿਆਂ ਤੇ ਚਰਚਾ ਕਰਨ ਲਈ ਗੁਰਦੁਆਰੇ ਬੁਲਾਇਆ ਗਿਆ ਸੀ, ਪਰ ਸ਼ੁੱਕਰਵਾਰ ਨੂੰ ਕੁਝ ਕਾਰਕੁਨਾਂ ਦੇ ਵਿਰੋਧ ਤੋਂ ਬਾਅਦ ਉਹ ਉੱਥੋਂ ਚਲੇ ਗਏ। ਵਿਕਰਮ ਦੋਰਾਇਸਵਾਮੀ ਬ੍ਰਿਟੇਨ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਹਨ। ਨੌਜਵਾਨ ਸਿੱਖਾਂ ਦੇ ਇੱਕ ਸਮੂਹ ਨੇ ਬਾਅਦ ਵਿੱਚ ਦਾਅਵਾ ਕੀਤਾ ਕਿ ਗੁਰਦੁਆਰਿਆਂ ਵਿੱਚ ਭਾਰਤੀ ਅਧਿਕਾਰੀਆਂ ਦੇ ਆਉਣ ਤੇ ਲੰਬੇ ਸਮੇਂ ਤੋਂ ਪਾਬੰਦੀ ਹੈ। ਇਹ ਟਕਰਾਅ ਅਜਿਹੇ ਸਮੇਂ ਹੋਇਆ ਹੈ ਜਦੋਂ ਕੈਨੇਡਾ ਵਿੱਚ ਖਾਲਿਸਤਾਨ ਹਮਾਇਤੀ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦੀ ਸ਼ਮੂਲੀਅਤ ਦੇ ਇਲਜ਼ਾਮ ਲੱਗਣ ਤੋਂ ਬਾਅਦ ਇੱਕ ਅੰਤਰਰਾਸ਼ਟਰੀ ਵਿਵਾਦ ਛਿੜਿਆ ਹੋਇਆ ਹੈ। ਹਾਲ ਹੀ ਵਿੱਚ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਾਅਵਾ ਕੀਤਾ ਕਿ ਇਸ ਗੱਲ ਦੇ ਪੁਖਤਾ ਸਬੂਤ ਹਨ ਕਿ ਹਰਦੀਪ ਸਿੰਘ ਨਿੱਜਰ ਦੇ ਕਤਲ ਵਿੱਚ ਭਾਰਤੀ ਏਜੰਟਾਂ ਦਾ ਹੱਥ ਹੋ ਸਕਦਾ ਹੈ। ਹਾਲਾਂਕਿ ਭਾਰਤ ਨੇ ਟਰੂਡੋ ਦੇ ਇਨ੍ਹਾਂ ਸਾਰੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਖਾਰਜ ਕੀਤਾ ਹੈ। ਇਸ ਘਟਨਾ ਨਾਲ ਸੰਬੰਧਿਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਤੇ ਦੇਖਣ ਨੂੰ ਮਿਲ ਰਿਹਾ ਹੈ। ਇਸ ਵਿੱਚ ਨਜ਼ਰ ਆ ਰਿਹਾ ਹੈ ਕਿ ਗਲਾਸਗੋ ਦੇ ਅਲਬਰਟ ਡਰਾਈਵ ਵਿੱਚ ਗੁਰਦੁਆਰੇ ਦੇ ਬਾਹਰ ਜਿਵੇਂ ਹੀ ਦੋਰਾਇਸਵਾਮੀ ਦੀ ਕਾਰ ਆ ਕੇ ਰੁਕਦੀ ਹੈ, ਤਿੰਨ ਨੌਜਵਾਨ ਉਹਨਾਂ ਕੋਲ ਆਉਂਦੇ ਹਨ। ਦੋਰਾਇਸਵਾਮੀ ਕਾਰ ਦੀ ਪਿੱਛੇ ਵਾਲੀ ਸੀਟ ਤੇ ਹੀ ਬੈਠੇ ਰਹਿੰਦੇ ਹਨ, ਜਦਕਿ ਪ੍ਰਦਰਸ਼ਨਕਾਰੀਆਂ ਵਿੱਚੋਂ ਇੱਕ ਉਹਨਾਂ ਦੀ ਕਾਰ ਦਾ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕਰਦਾ ਦਿਖਾਈ ਦਿੰਦਾ ਹੈ। ਇੱਕ ਹੋਰ ਪ੍ਰਦਰਸ਼ਨਕਾਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ, ਮੇਰੇ ਖਿਆਲ 'ਚ ਚੰਗਾ ਰਹੇਗਾ ਜੇ ਤੁਸੀਂ ਇੱਥੋਂ ਚਲੇ ਜਾਓ। ਇਸ ਤੋਂ ਬਾਅਦ ਦੋਰਾਇਸਵਾਮੀ ਉੱਥੋਂ ਚਲੇ ਗਏ। ਮੁੱਖ ਸਿੱਖ ਸੰਸਥਾਵਾਂ ਵੱਲੋਂ ਬਾਅਦ ਵਿੱਚ ਜਾਰੀ ਕੀਤੇ ਇੱਕ ਬਿਆਨ ਵਿੱਚ ਕਿਹਾ ਗਿਆ ਕਿ ਤਿੰਨ ਕਾਰਕੁਨਾਂ ਨੇ ਭਾਰਤੀ ਅਧਿਕਾਰੀਆਂ ਨੂੰ ਆਪਣੇ ਅਧਿਕਾਰਕ ਸਮਰੱਥਾ ਵਿੱਚ ਗੁਰਦੁਆਰਿਆਂ ਵਿੱਚ ਜਾਣ ਤੇ ਲੰਬੇ ਸਮੇਂ ਤੋਂ ਲੱਗੀ ਪਾਬੰਦੀ ਨੂੰ ਬਰਕਰਾਰ ਰੱਖਿਆ। ਇਸ ਦੇ ਨਾਲ ਹੀ ਘਟਨਾ ਬਾਰੇ ਉਹਨਾਂ ਇਹ ਵੀ ਕਿਹਾ ਕਿ ਅਸੀਂ ਉਹਨਾਂ ਨੂੰ ਰੋਕਣ ਅਤੇ ਉਹਨਾਂ ਤੋਂ ਸਵਾਲ ਪੁੱਛਣ ਲਈ ਗਏ ਸੀ। ਉਹ ਤੇਜ਼ੀ ਨਾਲ ਕਾਰ ਪਾਰਕ ਵਾਲੇ ਖੇਤਰ ਵਿੱਚੋਂ ਨਿਕਲ ਗਏ। ਉਹਨਾਂ ਕਿਸੇ ਵੀ ਤਰ੍ਹਾਂ ਦਾ ਹਮਲਾ ਕਰਨ ਦੀ ਗੱਲ ਤੋਂ ਵੀ ਇਨਕਾਰ ਕੀਤਾ। ਇਸ ਪੂਰੇ ਮਾਮਲੇ ਤੇ ਭਾਰਤੀ ਹਾਈ ਕਮਿਸ਼ਨ ਨੇ ਸਖ਼ਤ ਪ੍ਰਤੀਕਿਰਿਆ ਦਿੱਤੀ ਹੈ ਅਤੇ ਕਿਹਾ ਕਿ ਡਿਪਲੋਮੈਟ ਨੂੰ ਇਮਾਰਤ ਵਿੱਚ ਗੁਰਦੁਆਰਾ ਕਮੇਟੀ ਨੇ ਬੁਲਾਇਆ ਸੀ ਅਤੇ ਪ੍ਰਬੰਧਕਾਂ ਵਿੱਚ ਭਾਈਚਾਰਕ ਆਗੂ ਅਤੇ ਇੱਕ ਸਕਾਟਲੈਂਡ ਦੇ ਸੰਸਦ ਮੈਂਬਰ ਸ਼ਾਮਲ ਸਨ। ਭਾਰਤੀ ਹਾਈ ਕਮਿਸ਼ਨ ਨੇ ਇੱਕ ਬਿਆਨ ਵਿੱਚ ਕਿਹਾ, ਦੋਰਾਇਸਵਾਮੀ ਨੂੰ ਧਮਕਾਇਆ ਗਿਆ ਅਤੇ ਉਹਨਾਂ ਨਾਲ ਮਾੜਾ ਵਿਹਾਰ ਕੀਤਾ ਗਿਆ। ਹਾਈ ਕਮਿਸ਼ਨਰ ਅਤੇ ਕੌਂਸਲ ਜਨਰਲ ਨੇ ਉੱਥੋਂ ਵਾਪਸ ਆਉਣ ਦਾ ਫੈਸਲਾ ਕੀਤਾ ਤਾਂ ਜੋ ਕਿਸੇ ਵੀ ਤਰ੍ਹਾਂ ਦੇ ਝਗੜੇ ਵਾਲੀ ਸਥਿਤੀ ਨਾ ਬਣੇ। ਹਾਈ ਕਮਿਸ਼ਨ ਨੇ ਕਿਹਾ ਉਹਨਾਂ ਨੇ ਵਿਦੇਸ਼ ਦਫ਼ਤਰ ਅਤੇ ਪੁਲਿਸ ਨੂੰ ਇਸ ਘਿਨੌਣੀ ਘਟਨਾ ਦੀ ਰਿਪੋਰਟ ਕਰ ਦਿੱਤੀ ਹੈ। ਇਸ ਵਿੱਚ ਕਿਹਾ ਗਿਆ ਹੈ ਕਿ ਉਹ ਤਿੰਨੇ ਕਾਰਕੁਨ ਸਕਾਟਲੈਂਡ ਦੇ ਨਹੀਂ ਸਨ। ਯੂਕੇ ਵਿੱਚ ਵਿਦੇਸ਼ ਵਿਭਾਗ ਦੀ ਮੰਤਰੀ ਐਨੀ ਮੈਰੀ ਟ੍ਰੈਵਲੀਅਨ ਨੇ ਐਕਸ ਅਕਾਊਂਟ ਤੇ ਪੋਸਟ ਕੀਤਾ ਕਿ ਉਹ ਇਸ ਘਟਨਾ ਤੋਂ ਚਿੰਤਤ ਹਨ। ਉਹਨਾਂ ਕਿਹਾ, ਵਿਦੇਸ਼ੀ ਡਿਪਲੋਮੈਟਾਂ ਦੀ ਸੁਰੱਖਿਆ ਅਤੇ ਬਚਾਅ ਬਹੁਤ ਮਹੱਤਵਪੂਰਨ ਹੈ ਅਤੇ ਯੂਕੇ ਵਿੱਚ ਸਾਡੇ ਪੂਜਾ ਸਥਾਨ ਸਾਰਿਆਂ ਲਈ ਖੁੱਲ੍ਹੇ ਹੋਣੇ ਚਾਹੀਦੇ ਹਨ। ਸਕਾਟਲੈਂਡ ਦੀ ਪੁਲਿਸ ਨੇ ਪੁਸ਼ਟੀ ਕੀਤੀ ਕਿ ਉਹਨਾਂ ਨੂੰ ਸ਼ੁੱਕਰਵਾਰ 1:05 ਤੇ ਗੁਰਦੁਆਰੇ ਵਿੱਚ ਗੜਬੜ ਦੀ ਰਿਪੋਰਟ ਦੇ ਚਲਦਿਆਂ ਬੁਲਾਇਆ ਗਿਆ ਸੀ। ਇੱਕ ਬੁਲਾਰੇ ਨੇ ਕਿਹਾ, ਕਿਸੇ ਦੇ ਜ਼ਖਮੀ ਹੋਣ ਦੀ ਕੋਈ ਰਿਪੋਰਟ ਨਹੀਂ ਹੈ ਅਤੇ ਪੂਰੇ ਹਾਲਾਤਾਂ ਨੂੰ ਸਮਝਣ ਲਈ ਪੁੱਛਗਿੱਛ ਜਾਰੀ ਹੈ। ਗਲਾਸਗੋ ਦੇ ਗੁਰੂ ਗ੍ਰੰਥ ਸਾਹਿਬ ਗੁਰਦੁਆਰੇ ਨੇ ਵੀ ਬ੍ਰਿਟੇਨ ਵਿੱਚ ਭਾਰਤੀ ਹਾਈ ਕਮਿਸ਼ਨਰ ਵਿਕਰਮ ਦੋਰਾਇਸਵਾਮੀ ਦਾ ਰਸਤਾ ਰੋਕੇ ਜਾਣ ਦੀ ਘਟਨਾ ਦੀ ਨਿਖੇਧੀ ਕੀਤੀ ਹੈ। ਸਕਾਟਲੈਂਡ ਵਿੱਚ ਗੁਰਦੁਆਰੇ ਵੱਲੋਂ ਜਾਰੀ ਇੱਕ ਪ੍ਰੈਸ ਰਿਲੀਜ਼ ਵਿੱਚ ਭਾਰਤੀ ਹਾਈ ਕਮਿਸ਼ਨਰ ਨਾਲ ਕੀਤੇ ਗਏ ਸਲੂਕ ਦੀ ਸਖ਼ਤ ਨਿੰਦਾ ਕੀਤੀ ਗਈ ਹੈ ਅਤੇ ਕਿਹਾ ਕਿ ਗੁਰਦੁਆਰਾ ਸਾਰੇ ਭਾਈਚਾਰਿਆਂ ਲਈ ਖੁੱਲ੍ਹਾ ਹੈ। ਗੁਰਦੁਆਰਾ ਆਪਣੇ ਧਾਰਮਿਕ ਵਿਸ਼ਵਾਸਾਂ ਦੇ ਆਧਾਰ ਤੇ ਖੁੱਲ੍ਹੇ ਦਿਲ ਨਾਲ ਸਾਰਿਆਂ ਦਾ ਸਵਾਗਤ ਕਰਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਭਾਜਪਾ ਵੱਲੋਂ ਵੀ ਇਸ ਮੁੱਦੇ ਉੱਤੇ ਪ੍ਰਤੀਕਿਰਿਆ ਆਈ ਹੈ। ਗੁਰਦੁਆਰੇ ਮੇਂ ਜਾਕਰ ਅਗਰ ਅੰਬੈਸਡਰ ਸੇ ਕੋਈ ਬਾਤ ਐਸੀ ਹੋਤੀ ਹੈ ਤੋ ਹਮਾਰੇ ਸਿੱਖੋਂ ਕੀ ਜੋ ਸ਼ਾਖ ਵੋ ਗਿਰਤੀ ਹੈ। ਜੈਸੇ ਪਹਿਲੇ ਵੀ ਇੱਕ ਅੰਬੈਸਡਰ ਕੋ ਮਾਰਾ ਪੀਟਾ ਗਿਆ, ਹਮ ਉਸਸੇ ਸੰਬੰਧ ਇਤਫਾਕ ਨਹੀਂ ਰੱਖਤੇ, ਵੋ ਅੱਛਾ ਨਹੀਂ ਹੋਇਆ। ਇਸਸੇ ਜੋ ਸਿੱਖ ਲੋਕ ਬੈਠੇ ਹੈ ਜਿਨਕਾ ਬਾਹਰ ਦੁਨੀਆ ਮੇਂ ਅੱਛਾ ਰਿਸਪੈਕਟ ਹੈ, ਉਨਕੀ ਛਵੀ ਪੇ ਜਿਹੜੀ ਹੈ ਸ਼ਕਤੀ ਹੋਤੀ ਹੈ। ਇਹ ਬਾਤ ਹੈ ਕਿ ਅਗਰ ਕੋਈ ਕਿਸੀ ਤਰ੍ਹਾਂ ਕੀ ਵਹਾਂ ਉਸਕੇ ਜਾਣੇ ਪਰ ਕੋਈ ਤਣਾਅ ਬਣਤਾ ਹੈ ਜਾਂ ਕੋਈ ਐਸੀ ਬਾਤ ਹੋਤੀ ਹੈ, ਉਸ ਬਾਤ ਕੋ ਬਚਾਨੇ ਕੇ ਲੀਏ ਉਹਨਾਂ ਨੇ ਯੇ ਰੋਕਾ ਹੋਗਾ। ਲੇਕਿਨ ਫਿਰ ਵੀ ਹਮ ਬਾਹਰ ਵਿਦੇਸ਼ ਮੇਂ ਬੈਠੇ ਸਿੱਖੋਂ ਕੋ ਅਪੀਲ ਕਰੇਂਗੇ ਕਿ ਗੁਰੂ ਸਿਧਾਂਤ ਹੈ ਜੋ ਉਸ ਪੇ ਕਿਸੀ ਤਰ੍ਹਾਂ ਕੀ ਆਂਚ ਨਾ ਆਏ, ਛਤੀ ਨਾ ਆਏ। ਹਰਿਮੰਦਰ ਜੋ ਹੈ, ਜੋ ਸਿੱਖੋਂ ਕਾ ਸਭਸੇ ਬੜਾ ਤੀਰਥ ਸਥਲ ਹੈ, ਧਰਮ ਸਥਲ ਹੈ, ਉਹ ਤੋ ਚਾਰ ਦਰਵਾਜ਼ੇ ਹੈ ਵਹਾਂ ਪਰ, ਔਰ ਜਬ ਚਾਰ ਦਰਵਾਜ਼ੇ ਬਣਾਏ ਗਏ ਇਸ ਲਈ ਬਣਾਏ ਗਏ ਕਿ ਕਹੀਂ ਸੇ ਵੀ ਕਿਸੀ ਵੀ ਧਰਮ ਕਾ ਕਿਸੀ ਵੀ ਪੰਥ ਕਾ ਕਿਸੀ ਵੀ ਜਾਤੀ ਕਾ ਵਿਅਕਤੀ ਆ ਸਕਤਾ ਹੈ। ਤੋ ਇਹ ਜੋ ਸਕਾਟਲੈਂਡ ਮੇਂ ਹੁਆ ਇਹ ਨਿੰਦਨੀਏ ਹੈ, ਔਰ ਅਪੇਕਸ਼ਾ ਕਰਤੇ ਕਿ ਵਹਾਂ ਕੀ ਸਰਕਾਰ ਇਸ ਪਰ ਤੁਰੰਤ ਕਾਰਵਾਈ ਕਰੇਗੀ।